ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਾਡੇ ਦੋ ਵਿਸ਼ੇ ਤੁਹਾਨੂੰ ਸਾਰਿਆਂ ਨੂੰ ਮੈਸੇਜ ਨਾਲ ਪਹੁੰਚ ਵੀ ਗਏ ਹੋਣੇ ਨੇ। ਪਹਿਲਾ ਵਿਸ਼ਾ ਸਾਡਾ ਕਿਰਤ ਦਾ ਕਨਸੈਪਟ ਜਾਂ ਇਕਨੋਮਿਕਸ ਇਨ ਗੁਰੂ ਗ੍ਰੰਥ ਸਾਹਿਬ, ਔਰ ਦੂਸਰਾ ਵਿਸ਼ਾ ਸਾਡਾ ਹੈ ਆਨੰਦ ਕਾਰਜ ਜੀਵਨ ਸੰਦੇਸ਼। ਇਹ ਵਿਸ਼ੇ ਦੋਨੋਂ ਬਹੁਤ ਮਹੱਤਵਪੂਰਨ ਨੇ। ਇਹਨਾਂ ਵਿਸ਼ਿਆਂ ਲਈ ਅੱਜ ਸਾਡੇ ਕੋਲ ਇੱਕ ਬੜੀ ਨਵੀਂ ਸ਼ਖਸੀਅਤ ਆਏ ਨੇ। ਮੈਂ ਸਮਝਦਾ ਕਿ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਸਟੱਡੀ ਕੋਰਸ ਦੀ ਫੈਮਿਲੀ ਦੇ ਵਿੱਚ ਅੱਜ ਇੱਕ ਨਵੇਂ ਸਭ ਮੈਂਬਰ ਸਾਡੀ ਫੈਮਿਲੀ ਵਿੱਚ ਹੋਰ ਜੁੜ ਗਏ ਨੇ, ਡਾਕਟਰ ਇੰਦਰਜੀਤ ਸਿੰਘ। ਇਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪ੍ਰੋਫੈਸਰ ਨੇ, PhD ਇਹਨਾਂ ਨੇ ਗਿਆਨੀ ਦਿੱਤ ਸਿੰਘ ਜੀ 'ਤੇ ਕੀਤੀ ਹੈ, MA ਪੰਜਾਬੀ ਨੇ, MA ਰਿਲੀਜਨ ਕੀਤੀ ਹੋਈ ਹੈ। ਔਰ ਹੋਰ ਵੱਡੀ ਗੱਲ ਕਿ ਗੁਰਮਤਿ ਸੰਗੀਤ ਦੇ ਵੀ ਬੜੇ, ਮੈਂ ਸਮਝਦਾ ਕਿ ਇਹਨਾਂ ਨੇ ਗੁਰਮਤਿ ਸੰਗੀਤ ਦੇ ਉੱਤੇ ਵੀ ਕਾਫੀ ਇਹਨਾਂ ਨੇ ਸਟੱਡੀ ਕੀਤੀ ਹੋਈ ਹੈ। ਗੁਰਮਤਿ ਸੰਗੀਤ ਦੀਆਂ ਕਲਾਸਾਂ ਰਹਿੰਦੇ ਹੁੰਦੇ ਨੇ। ਕਿਸੇ ਟਾਈਮ ਇਹ ਕਹਿੰਦੇ ਨੇ ਕਿ ਮੈਂ ਗਾਇਕ ਵੀ ਸੀ ਪਰ ਹੁਣ ਤੰਤੀ ਸਾਜ਼ਾਂ ਦੀ ਵੀ ਇਹਨਾਂ ਨੂੰ ਕਾਫੀ ਸਮਝ ਹੈ। ਤੋ ਮੈਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਸ ਪਰਿਵਾਰ ਵਿੱਚ ਆਪ ਜੀ ਨੂੰ ਇਸ ਪਰਿਵਾਰ ਦਾ ਮੈਂਬਰ ਬਣਨ 'ਤੇ ਵਧਾਈ, ਔਰ ਤੁਹਾਨੂੰ ਸਾਰਿਆਂ ਨੂੰ ਵੀ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਕਿਰਤ, ਜਿਸ ਤੋਂ ਭਾਵ ਹੈ ਮਿਹਨਤ, ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਸੀਂ ਕਿਰਤ ਕਰਕੇ ਪੈਸਾ ਕਮਾਉਂਦੇ ਹਾਂ। ਪੁਰਾਣੇ ਸ਼ਾਸਤਰਾਂ ਨੂੰ, ਵੇਦਾਂ ਨੂੰ ਅਗਰ ਪੜ੍ਹੀਏ ਤਾਂ ਉਹਦੇ ਵਿੱਚ ਜ਼ਿੰਦਗੀ ਦੇ ਚਾਰ ਪੜਾਵਾਂ ਦੀ ਗੱਲ ਹੈ, ਧਰਮ, ਅਰਥ, ਕਾਮ ਅਤੇ ਮੋਕਸ਼। ਇਹਨਾਂ ਵਿੱਚ ਜਿਹੜਾ ਅਰਥ ਹੈ, ਇਹ ਪਦਾਰਥ ਲੋੜਾਂ ਦਾ ਯਾਨੀ ਧਨ ਦਾ ਐਸਪੈਕਟ ਹੈ। ਇਸ ਵਿੱਚ ਇਸਦਾ ਮਤਲਬ ਪਦਾਰਥਕ ਜੀਵਨ, ਦੁਨਿਆਵੀ ਅਤੇ ਅਧਿਆਤਮਕ ਆਨੰਦ ਦਾ ਆਧਾਰ ਹਨ। ਮਹਾਂਭਾਰਤ ਵਿੱਚ ਇੱਕ ਜਗ੍ਹਾ 'ਤੇ ਆਉਂਦਾ ਕਿ ਉਹਦੇ ਇੱਥੇ ਕਿਹਾ ਗਿਆ ਕਿ ਗਰੀਬੀ ਨੂੰ ਪਾਪ ਕਿਹਾ ਗਿਆ, ਅਤੇ ਇਹਦਾ ਮਤਲਬ ਸਿੱਧਾ ਹੈ ਕਿ ਕਿਰਤ ਜਿਹੜੀ ਹੈ ਇਹ ਸਾਡੀ ਜ਼ਿੰਦਗੀ ਦਾ ਇੱਕ ਬੜਾ ਮਹੱਤਵਪੂਰਨ ਐਸਪੈਕਟ ਹੈ। ਕਾਰਲ ਮਾਰਕਸ ਜਿਸ ਸਮਾਜਵਾਦ ਦਾ ਪ੍ਰਚਾਰ 20ਵੀਂ ਸਦੀ ਵਿੱਚ ਕੀਤਾ, ਉਸ ਸਮਾਜਵਾਦ ਦਾ ਸੰਕਲਪ 17ਵੀਂ ਸ਼ਤਾਬਦੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਮਿਲਦਾ। ਲੇਕਿਨ ਕਾਰਲ ਮਾਰਕਸ ਦਾ ਜਿਹੜਾ ਸਿਧਾਂਤ ਹੈ ਉਹ ਧਰਮ ਦੀ ਵਿਰੋਧਤਾ ਕਰ ਰਿਹਾ। ਉਹ ਕਹਿੰਦਾ ਕਿ ਧਰਮ ਜਿਹੜਾ ਹੈ ਇਹ ਮਨੁੱਖਾਂ ਨੂੰ ਵਿਹਲੜ ਬਣਾ ਦਿੰਦਾ, ਕੰਮ ਕਰਨ ਤੋਂ ਦੂਰ ਰੱਖਦਾ। ਔਰ ਉਹਦੇ ਅਨੁਸਾਰ, ਕਾਰਲ ਮਾਰਕਸ ਅਨੁਸਾਰ, ਉਹ ਕਹਿੰਦਾ ਕਿ ਮਹਾਨ ਵਿਅਕਤੀ ਪੈਸੇ ਵਾਲਾ ਨਹੀਂ ਸਗੋਂ ਮਿਹਨਤ ਅਤੇ ਮੁਸ਼ੱਕਤ ਕਰਨ ਵਾਲਾ ਮਹਾਨ ਵਿਅਕਤੀ ਹੁੰਦਾ ਉਹਦੇ ਹਿਸਾਬ ਨਾਲ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਾਂ ਸਿੱਖੀ ਦਾ ਜਿਹੜਾ ਆਦਰਸ਼ ਹੈ ਜਾਂ ਸਿੱਖੀ ਦਾ ਜਿਹੜਾ ਸਿਧਾਂਤ ਹੈ ਉਹ ਹੈ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਸੰਕਲਪ। ਉਹਨਾਂ ਦੇ ਹਿਸਾਬ ਨਾਲ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ ਕਿ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਸੰਕਲਪ ਇਸ ਗੱਲ ਨਾਲ ਸੰਬੰਧਿਤ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਦੇ ਦਿਲਾਂ ਵਿੱਚ ਕਿਰਤ ਕਰਨ ਦੀ, ਵਿਕਾਸ ਕਰਨ ਦੀ ਇੱਛਾ ਜਿਹੜੀ ਹੈ ਉਹ ਉਤਪੰਨ ਨਾ ਹੋਵੇ। ਅਹਿਸਾਸ ਕਰਨ ਦਾ ਜਿਹੜੀ ਮਿਹਨਤ ਕਰਨ ਦਾ ਜਿਹੜਾ ਇੱਛਾ ਹੈ ਉਹ ਲੋਕਾਂ ਦੇ ਦਿਲਾਂ ਵਿੱਚ ਜੇ ਪਾ ਦਿਓ ਤਾਂ ਮੈਂ ਸਮਝਦਾ ਵਿਕਾਸ ਉੱਥੇ ਹੁੰਦਾ। ਪਰ ਕਾਰਲ ਮਾਰਕਸ ਨੇ ਜੋ ਹੈ ਇਹ ਗੱਲ ਨਹੀਂ ਕਹੀ ਕਿ ਲੋਕਾਂ ਦੇ ਦਿਲਾਂ ਨੂੰ ਜਾਂ ਲੋਕਾਂ ਦੀ ਇੱਛਾ ਕਿਵੇਂ ਡਿਵੈਲਪ ਕੀਤੀ ਜਾਵੇ। ਲੇਕਿਨ ਗੁਰੂ ਨਾਨਕ ਨੇ ਆਪਣੇ ਧਰਮ ਨਾਲ ਜਿਹੜੇ ਉਹ ਤਿੰਨ ਸਿਧਾਂਤ ਦਿੱਤੇ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਮੈਂ ਬੜੀ ਵਾਰ ਹੈਰਾਨ ਹੁੰਦਾ ਕਿ ਨਾਮ ਜਪਣ ਤੋਂ ਪਹਿਲੇ ਗੁਰੂ ਨਾਨਕ ਨੇ ਕਿਰਤ ਕਰਨ ਦੀ ਗੱਲ ਕਹੀ ਹੈ। ਤੋ ਇਹ ਲੋਕਾਂ ਨੂੰ ਕੰਮ ਕਰਨ ਦੇ ਲਈ ਕਿ ਜੋ ਧਰਮ ਦਾ ਹਿੱਸਾ ਬਣਾ ਦੇਣਾ। ਔਰ ਦੇਖੋ, ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵਿਹਲੜ ਦਾ ਕੋਈ ਸਥਾਨ ਨਹੀਂ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
ਜਿੰਨੇ ਗੁਰੂਆਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ ਜਾਂ ਸਿੱਖਾਂ ਦੀ ਬਾਣੀ ਹੈ, ਸਭ ਕਿਰਤੀ ਸੀ। ਈਵਨ ਪੰਜ ਪਿਆਰੇ ਵੀ ਕਿਰਤੀ ਸੀ। ਤੋ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਹੈ ਉਹ ਕਿਰਤ ਦੇ ਨਾਲ ਜੁੜੀ ਹੋਈ ਹੈ। ਕਾਰਲ ਮਾਰਕਸ ਨੇ ਧਰਮ ਨੂੰ ਵਿਕਾਸ ਦਾ ਜਿਹੜਾ ਹੈ ਉਹ ਰੋੜਾ ਕਿਹਾ, ਪਰ ਕਿਰਤ ਦੇ ਨਾਮ ਜਪਣ ਤੋਂ, ਕਿਰਤ ਨੂੰ ਜਿਹੜੀ ਹੈ ਗੁਰੂ ਨਾਨਕ ਨੇ ਨਾਮ ਜਪਣ ਤੋਂ ਪਹਿਲੇ ਕਿਰਤ ਦੀ ਗੱਲ ਕੀਤੀ ਹੈ। ਅਸੀਂ ਉਹ ਹੈ ਨਾ ਗੁਰਬਾਣੀ ਦੀ ਬੜੀ ਖੂਬਸੂਰਤ ਲਾਈਨ, ਉਦਮ ਕਰੇ ਦਿਆਂ ਜੀਓ ਤੂੰ ਕਮਾਮ ਦਿਆਂ ਸੁੱਖ ਵਿੱਚ, ਤੋ ਇਸ ਗੱਲ ਦੀ ਇਹ ਪ੍ਰੋੜਤਾ ਕਰਦੀ ਹੈ। ਤੋ ਗੁਰੂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਦੇ ਜੋ ਸਿਧਾਂਤ ਹੈ ਇਹ ਸਿਧਾਂਤ ਇਸ ਤਰ੍ਹਾਂ ਬਣਾਇਆ ਕਿ ਸਾਡਾ ਜਿਹੜਾ ਸਿੱਖੀ ਹੈ, ਸਿੱਖ ਧਰਮ ਹੈ, ਇਹ ਕਿਰਤੀ ਲੋਕਾਂ ਦਾ ਧਰਮ ਬਣ ਗਿਆ। ਤੋ ਇਹ ਕਿਰਤ ਦੀ ਗੱਲ, ਇਕਨੋਮਿਕਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਇਹਦਾ ਜਿਹੜਾ ਪੂਰਾ ਐਕਸਪੈਕਟ ਹੈ ਉਸ ਵਾਲੇ ਡਾਕਟਰ ਸਾਹਿਬ ਅੱਜ ਦੀ ਇਹ ਗੱਲ ਕਰਨਗੇ। ਮੈਂ ਡਾਕਟਰ ਸਾਹਿਬ ਨੂੰ ਕਹਾਂਗਾ ਕਿ ਆਓ ਜੀ। ਪਰਮ ਸਤਿਕਾਰਯੋਗ ਇੱਥੋਂ ਦੇ ਪ੍ਰਬੰਧਕ ਜਨ ਔਰ ਸਮੂਹਕ ਰੂਪ ਵਿੱਚ ਹਾਜ਼ਰ ਭੈਣੋ ਅਤੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਹਿਲੀ ਵਾਰ ਤੁਹਾਡੇ ਇਸ ਸਮੁੱਚੇ ਪਰਿਵਾਰ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਇਸ ਲਈ ਮੈਂ ਆਪ ਸਭ ਦਾ ਹਾਰਦਿਕ ਧੰਨਵਾਦੀ ਹਾਂ, ਵਿਸ਼ੇਸ਼ ਕਰਕੇ ਸਰਦਾਰ ਹਰਿੰਦਰਪਾਲ ਸਿੰਘ ਜੀ ਹੋਰਾਂ ਦਾ। ਜਿਸ ਵਿਸ਼ੇ 'ਤੇ ਮੈਂ ਗੱਲ ਕਰ ਰਿਹਾ ਮੈਂ ਆਪਣੇ ਸਮੇਂ ਵਿੱਚ ਹੀ ਸਮਾਪਤੀ ਕਰਾਂਗਾ। ਮੈਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਸੁਸਾਇਟੀ ਹੈ ਬਹੁਤ ਪਰੋੜ ਹੈ, ਬਹੁਤ ਗਿਆਨਵਾਨ ਹੈ, ਕਿਉਂਕਿ ਤੁਸੀਂ ਇੱਕ ਲਟਕ ਦੇ ਨਾਲ ਇੱਕ ਸ਼ਮੂਲੀਅਤ ਕਰਦੇ ਹੋ। ਮੈਂ ਪੰਜਾਬ ਦੇ ਵਿੱਚ ਇੱਕ ਪਿੰਡ ਨੂੰ ਬਿਲੋਂਗ ਕਰਦਾ, ਮੈਂ 2 ਮਿੰਟ 'ਚ ਹੀ ਗੱਲ ਖਤਮ ਕਰਾਂਗਾ। ਮੇਰਾ ਫਿਰੋਜ਼ਪੁਰ ਜ਼ਿਲ੍ਹਾ ਹੈ ਔਰ ਮੇਰਾ ਪਿੰਡ ਗੋਗੋਆਣੀ ਆ। ਮੈਂ ਆਪਣਾ ਜਿਹੜਾ ਤਖੱਲਸ ਹੈ ਉਹ ਪਿੰਡ ਦਾ ਨਾਂ ਰੱਖਿਆ, ਕਿਉਂਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਜਿਹੜੀ ਸਬ ਕਾਸਟ ਉਹ ਲਾਉਣ ਦੀ ਮਨਾਹੀ ਹੈ। ਪਰ ਸਾਨੂੰ ਲਿਖਣ ਵਾਲਿਆਂ ਨੂੰ ਜਾਂ ਬੋਲਣ ਵਾਲਿਆਂ ਨੂੰ, ਕਿਉਂਕਿ ਕਈ ਤਰ੍ਹਾਂ ਦੀਆਂ ਕੰਟਰੋਵਰਸੀਜ਼ ਹੁੰਦੀਆਂ ਨੇ, ਅਤੇ ਸਾਨੂੰ ਆਪਣੀ ਪਹਿਚਾਣ ਲਈ ਅਸੀਂ ਆਪਣੇ ਪੰਜਾਬ ਦਾ ਕਲਚਰ ਹੈ ਕਿ ਪਿੰਡ ਦਾ ਨਾਂ ਲਾ ਲਈਦਾ। ਪਿੰਡ ਪੜ੍ਹਨ ਤੋਂ ਬਾਅਦ ਮੈਂ ਅੰਮ੍ਰਿਤਸਰ ਹੀ ਜ਼ਿਆਦਾ ਪੜ੍ਹਿਆ, ਔਰ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਗਿਆਨ ਹੈ, 16 ਕਲਾਵਾਂ ਦੇ ਵਿੱਚੋਂ ਪਹਿਲੀ ਕਲਾ ਗਿਆਨ ਕਲਾ। ਗਿਆਨ ਦੀ ਕੋਈ ਸੀਮਾ ਨਹੀਂ, ਨਾ ਇਹ ਉਮਰ ਦੇ ਨਾਲ, ਨਾ ਇਹ ਡਿਗਰੀਆਂ ਦੇ ਨਾਲ, ਨਾ ਇਹ ਬਹੁਤ ਉੱਚ ਵਿੱਦਿਅਕ ਅਦਾਰਿਆਂ ਦੇ ਨਾਲ, ਇਹ ਅੰਤਲੇ ਸਮੇਂ ਤੱਕ ਮਨੁੱਖ ਪ੍ਰਾਪਤ ਕਰਦਾ ਰਹਿੰਦਾ। ਦਾਨਸ਼ਵਰ ਕਹਿੰਦੇ ਕਿ ਮੌਤ ਵੀ ਇੱਕ ਗਿਆਨ ਹੈ, ਪਰ ਹੋਏਗਾ ਉਦੋਂ ਜਦੋਂ ਆਏਗੀ। ਇਸ ਕਰਕੇ ਅੰਤਲੇ ਸਮੇਂ ਤੱਕ ਗਿਆਨ ਨੂੰ ਮੈਂ ਸੀਮਾਬੱਧ ਨਹੀਂ ਕਰ ਸਕਦਾ। ਮੈਂ ਮੈਂਬਰ ਸਾਹਿਬ ਹੋਣਾ ਨਾਲ ਗੱਲ ਕਰਦਾ ਸਾਂ, ਮੈਂ ਆਪਣੇ ਵਿਸ਼ੇ ਤੋਂ ਪਹਿਲਾਂ, ਮੈਂ 9ਵੀਂ ਜਮਾਤ ਤੋਂ ਪੱਗ ਬੰਨ੍ਹ ਆ ਰਿਹਾ, ਪਰ ਮੈਨੂੰ 45 ਸਾਲ ਦੀ ਉਮਰ 'ਚ ਪਤਾ ਲੱਗਾ ਕਿ ਜਿਹੜੀ ਮੈਂ ਪੱਗ ਥੱਲੇ ਦੀ 50 ਬੰਨ੍ਹਦਾ, ਇਹਨੂੰ 50 ਕਿਉਂ ਕਹਿੰਦੇ ਆ, ਕਿਉਂਕਿ ਮੇਰੀ ਖੋਜ ਲਾਹੌਰ ਦੇ ਅਖਬਾਰਾਂ ਉੱਪਰ ਸੀ 1886 ਤੋਂ 1901 ਤੱਕ। ਉਹਨਾਂ ਅਖਬਾਰਾਂ 'ਚ ਪੜ੍ਹਦਿਆਂ ਮੈਨੂੰ ਪਤਾ ਲੱਗਾ, ਤੁਹਾਡੇ ਵਿੱਚੋਂ ਬਹੁਤ ਸਾਰੇ ਬਜ਼ੁਰਗਾਂ ਨੂੰ ਪਤਾ ਵੀ ਹੋਏਗਾ, ਹੋ ਸਕਦਾ ਨਵਾਂ ਸ਼ਬਦ ਵੀ ਹੋਵੇ। ਅਤੇ ਅਕਸਰ ਸਾਡਾ ਮਿਸ਼ਨ ਵੀ ਇਹ ਹੈ ਕਿ ਬਹੁਤ ਕੁਝ ਅਸੀਂ ਤੁਹਾਡੇ ਕੋਲੋਂ ਲੈਣਾ ਅਤੇ ਆਪਣਾ ਆਦਾਨ ਪ੍ਰਦਾਨ ਹੈ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਹਰ ਸਿੱਖ ਸਿਪਾਹੀ ਲਈ ਡਿਸਿਪਲਿਨ ਕਾਇਮ ਰੱਖਣ ਵਾਸਤੇ 5 ਗਜ਼ ਦੀ ਪੱਗ ਕੰਪਲਸਰੀ ਸੀ। ਉਹਦੇ 5 ਪੇਜ ਇੱਧਰੋਂ ਦਿਸਣੇ ਜ਼ਰੂਰੀ ਆ, 5 ਇੱਧਰੋਂ। ਪੰਜਾਬੀ ਗਾਇਕਾਂ ਨੇ ਅੱਜ ਕੱਲ੍ਹ ਇਹਨੂੰ ਪੇਜ ਬਣਾਤਾ, ਚੱਚੇ ਨਾਲ ਪੇਜ ਹਾਇਆ, ਪੇਜ ਆ ਜਿਵੇਂ ਨੋਟਬੁੱਕ ਦੇ ਪੇਜ ਹੁੰਦੇ ਆ। ਸਿਪਾਹੀ ਦੇ ਸਿਰ 'ਤੇ ਟਿਕਦੀ ਨਹੀਂ ਸੀ, ਉਹਨਾਂ ਨੇ ਕਿਹਾ ਜੀ ਇਹ ਡੋਲਦੀ ਹੈ। ਉਹਨਾਂ ਨੇ ਕਿਹਾ ਕਿ 2.5 ਗਜ਼ ਦੀ ਹੋਰ ਪੱਗ ਥੱਲੇ ਦੀ ਬੰਨ੍ਹੀ ਜਾਵੇ, ਜਿਹਦੀ ਚੈਕਿੰਗ ਇੱਥੋਂ ਹੋਇਆ ਕਰੂਗੀ, ਇੱਥੋਂ ਵੀ ਵਾਲ ਨਹੀਂ ਦਿਸਣਗੇ, ਕੇਸ ਪਿੱਛੋਂ ਵੀ ਨਹੀਂ ਦਿਸਣਗੇ। 5 ਗਜ਼ ਦੀ 2.5 ਗਜ਼ ਬਣ ਗਈ 50%। ਉਹ ਜਿਹੜੀ 50% ਆ ਉਹਨੂੰ ਜਦ ਅੰਗਰੇਜ਼ ਕਰਨਲ ਜਰਨਲ ਚੈੱਕ ਕਰਦਾ ਸੀ, ਉਹ ਕਹਿੰਦਾ 50-50-50। ਉਹ ਸਾਡੇ ਕਲਚਰ ਦੇ ਵਿੱਚ 50 ਤਾਂ ਆ ਗਈ, ਇਤਿਹਾਸ ਨਹੀਂ ਆਇਆ। ਜੇ ਮੈਨੂੰ 45 ਸਾਲ ਦੀ ਉਮਰ 'ਚ ਪਤਾ ਲੱਗਾ, ਹੋ ਸਕਦਾ ਸਾਡੇ ਵਿੱਚੋਂ ਵੀ ਕਿਸੇ ਨੂੰ 45 ਸਾਲ ਤੱਕ ਇਹ ਨਾਂ ਸ਼ਬਦ ਸਹਿਜ ਭਾਵੀ ਆਇਆ ਹੋਵੇ। ਕੁਝ ਸ਼ਬਦ ਉਹ ਹੁੰਦੇ ਜਦੋਂ ਗੋਸ਼ਟੀ ਹੁੰਦੀ ਉਦੋਂ ਹੀ ਪਤਾ ਲੱਗਦਾ। ਮੈਂ ਚੇਅਰਮੈਨ ਸਾਹਿਬ ਨੂੰ ਹੱਸਣ ਡਿਆ ਸਾਂ, ਮੈਂ ਇੱਕ ਇੱਕ ਅਸੀਂ ਰੱਖਦੇ ਹਾਂ ਬਾਜ, ਕਿਸੇ ਭਾਸ਼ਾ ਵਿੱਚ ਸਲਾਈ ਦਾ ਅਰਥ ਬਾਜ ਨਹੀਂ ਹੈ। ਸਾਡੇ ਕੋਲ ਪ੍ਰਚਲਿਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਜ ਦਾ ਰੂਪ, ਬਾਜ ਇਸ ਤਰ੍ਹਾਂ ਦਾ ਨਹੀਂ ਹੁੰਦਾ। ਹਰ ਸਿੱਖ ਸਿਪਾਹੀ ਜਾਲੀ ਦੇ ਨਾਲ ਦਾੜੀ ਬੰਨਦਾ ਸੀ, ਕਿਉਂਕਿ ਡਿਸਿਪਲਿਨ ਇੱਕ ਹੋਵੇ। ਦਾੜੀ ਨੂੰ ਜਿਹੜੀ ਵਾਲਾਂ ਨੂੰ
जाली दे विच करन वास्ते सड़ाई दित्ती गई। उहदा नाम अंग्रेजां दा सी बैग अप, बी ए जी बैग, यू पी अप बैग अप मीन जिहड़ी इहनू कवर कर लैंदी है। साडे सिपाही घट पड़े सन, वह बी ए जी बैग नूं पहलां बैग बैग करदे रहे, फिर बाज बाज करन लग पए। हुण साडा सारा पढ़िया लिखिया तबका इहनू बाज कहिंदा, पर किसे भाषा विच वी सड़ाई दा मतलब बाज नहीं है, तो बाज दा मतलब सड़ाई नहीं है। कई वारी सहज भावी अर्थां दा अनर्थ हो जांदा। तो जदों असीं गोष्ठी करते हैं, साडा एक मिशन हुंदा। मैं बी ए च पढ़ता सां, प्रोफेसर साहब आए कहिंदे वी अखबार किहड़े किहड़े पढ़ते हो, असीं अद्धिआं कन्ने हत्थ चकते। उदों अखबार बहुत, न्यूज़पेपर बहुत घट पढ़ते सां, मतलब आम परिवारां च घट सी, अज बहुत ज़्यादा। अज साडे आम असीं पिंडां च वी जांदे आ, साढ़े जो 100 घर आ तो 50 घरां दे अखबार आउंदा। जदों कि जदों असीं बचपन सी, साढ़े पिंड च इको अखबार आउंदा सी सारे पिंड च, और जिहदा जी करदा सी 5-7 जाणे पढ़े आउंदे सी, नहीं उहनूं जरूरी नहीं सी समझदे। 84 तों बाद अखबारां दा ज़्यादा चर्चा चलिया। उह कहिंदे अखबार नूं अखबार क्यों कहिंदे आ? कोई बच्चा कहिंदा जी इह च खबरां हुंदियां, इह च फिल्म अंक हुंदा, इह च धार्मिक अंक हुंदा। उह कहिंदा मेरा सवाल खड़ा कि अखबार नूं अखबार क्यों कहिंदे हो? सानूं वी नहीं सी पता। वह कहिंदा उर्दू भाषा दे विच खबर दा बहुवचन अखबार है। उर्दू जिहड़े बजुर्ग जाणदे ने उहनां नूं तां पता ही है, उर्दू विच खबर दा बहुवचन अखबार है, पंजाबी विच खबर दा बहुवचन खबरां। हुण इह सहज भावी जिहड़े साडे जीवन दे नाल नाल कुछ गल्लां उह चलदियां ने, जदों मनुख हौली हौली पढ़दा जांदा ते उहदा जिहड़ा ज्ञान दा विकास हुंदा रहिंदा। इसलिए मैं ज्ञान कला ते ध्यान कला ते खास करके किसी समय असीं फेर करांगे 16 कलावां ते, जिहड़ा असीं कहिंदे तिन्हां दी कमाई दा ध्यान करके बोलो जी वाहिगुरू। ध्यान दूसरी कला है, 16 कलावां विच्चों दूसरी कला ध्यान कला है। जिन्ना किसी मनुख दा ध्यान होएगा उन्ना ज्ञान होएगा, जिन्ना ज्ञान होएगा उन्ना क ध्यान होएगा। इसलिए कहिंदे जिहदा जिन्ना ध्यान डूंगा उहदा ज्ञान डूंगा, जिहदा ज्ञान सीमाबद्ध उहदा ध्यान भी सीमाबद्ध है। इसलिए मैं कहिंदा हुंदा कि सोहण सिंह सीतल दा नावल 9वीं क्लास विच वी पंजाब विच लगा होया, एम ए च वी लगा होया, तो उस नावल ते पी एच डी भी हुई, उहदा नाम है तूतां वाला खूह। जदों 8वीं का बच्चा उस नावल नूं पढ़ता, वह केवल एक पात्रा नूं पढ़ता। जदों एम ए का स्टूडेंट उस नावल नूं, उस नावल नूं पढ़ता, वह एक उहदी फिलासफी नूं पढ़ता कि उस शख्स ने जे सूर दीआं एग्जाम्पलां, गऊआं दीआं एग्जाम्पलां दे के हिंदू मुसलम के टकरा की गल करके समझाउण की कोशिश की है। जो एम ए वाला समझेगा वह 8वीं 9वीं वाला नहीं समझेगा। इहनूं असीं डंगाई कहिंदे जां ध्यान कह लैंदे। खैर मैं हुण अपने विषय ते आवां, जिहड़ा किरत दा संकल्प है, क्योंकि आपां सारे किरती हाँ, मैं भी किरती हाँ क्योंकि मैं सर्विस करदा, तुसीं भी जां बिजनेसमैन हो जां सर्विसमैन हो, कुछ रिटायर्ड परसन हो, तुसीं जिंदगी च किरत करके उस किरत दा आनंद भी लै रहे हो जिहड़े रिटायर्ड ने, और जिन्हां ने मेरे वर्गे ने होना उहनां नूं भी एक बड़ा हुंदा कि वह भी लाइफ का एक किरत कीती दा आनंद हुंदा। गुरु साहिबां ने जद दुनिया का भ्रमण किया, गुरु नानक पातशाह जी ने, हिंदुस्तानी कल्चर के विच दो सब तो वड्डियां कमियां सन, एक लोगों का अंधविश्वासी होना और एक किरत तो मुनकर होना। क्योंकि कुछ फिरके वह पैदा हो गए जिहड़े ये समझते सन कि जीवन के विच वेले बैठ के भी अपना जीवन बशर किया जा सकता, जिवें चारवाके जां जोगमत उस पीरियड विच बहुत ज़्यादा प्रचलित सी, जिन्हों गुरु साहबां ने बहुत बारी बाणी च कहा कि होए अतीत ग्रहस्त तज फिर उन्हीं के कर मंगण जाइयो भल्यो मानसो। तुसी अतीत भी हो गए हो, ग्रहस्त भी तजिया, तो जदों भुख लगती है मंगण वास्ते फिर उन्हां दे घरां विच ही जांदे हो, ग्रहस्तियां दे घरां विच। किसे समाज नूं समझाउण वास्ते बहुत डंगाई विच सोचिए, गुरु साहबां ने पहला जिस परमात्मा नूं आराध्या उहनूं करता कहा, जो खुद किरती है। क्योंकि इस धरती के लोगों समझाउण वास्ते जे कहीए तुहाडा देवता वेला बैठा, तुहाडा रब वेला बैठा, तो समाज तो पहला ही 50% वह हुंदा जिहड़ा वेला बैठण नूं पहला ही तैयार हुंदा। गुरु साहिबां ने जिथों एक ओंकार तो शुरू किया, असी कार शब्द संस्कृत विच जिहनूं असी कहिंदे कंटीन्यूटी, जिवें छण छण हुंदी कहिंदे छणकार है, धमक धमक पैंदे कहिंदे धमकार है, इस तरह एक ओंकार जिहड़ा एक है प्रभु, वह एक रस विचर रहा, जिहड़ा विचर रहा वह करता भी है। जिहड़ा करता जे उहने इन्ना कुछ पैदा किया, खास करके जिहड़ियां
चार खाणियां दी गल असीं बाणी विच पढ़दे हां। ਉਹ ਕਰਤੇ ਦੀ ਕਿਰਤ ਦਾ ਖਾਸ ਕਰਕੇ ਸਾਡੇ ਧਾਰਮਿਕ ਸਹਿਤ ਦੇ ਵਿੱਚ 24 ਤਾਂ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ, ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ, ਇਹ ਸਾਡੀਆਂ ਚਾਰ ਖਾਣੀਆਂ ਨੇ। ਕੁਝ ਜੀਵ ਜੰਤੂ ਅੰਡਜ ਤੋਂ ਪੈਦਾ ਹੋਏ, ਕੁਝ ਜੇਰਜ ਤੋਂ, ਕੁਝ ਸੇਤਜ ਮੁੜਕੇ ਨੂੰ ਕਹਿੰਦੇ ਮਲ ਤੋਂ ਪੈਦਾ ਹੋਏ, ਅਤੇ ਕੁਝ ਧਰਤੀ 'ਚੋਂ ਪੈਦਾ ਹੋਏ ਬਨਸਪਤੀ ਦੇ ਰੂਪ ਵਿੱਚ ਜਾਂ ਜੀਵ ਜੰਤੂਆਂ ਦੇ ਰੂਪ ਵਿੱਚ। ਉਸ ਕਰਤੇ ਨੇ ਚਾਰ ਖਾਣੀਆਂ ਪੈਦਾ ਕੀਤੀਆਂ ਅਤੇ ਫਿਰ ਉਹਨਾਂ ਨੂੰ ਆਪਣੀ ਕਿਰਤ ਕਰਦਿਆਂ ਹੋਇਆਂ ਜਗ੍ਹਾ ਜਗ੍ਹਾ ਉਹਨਾਂ ਦਾ ਕਾਰਜ ਨਿਸ਼ਚਿਤ ਕੀਤਾ, ਅਤੇ ਉਹ ਕਰਤਾ ਸਦਾ ਹੀ ਕਾਰਜਸ਼ੀਲ ਹੈ। ਜਿਹੜਾ ਖਾਸ ਕਰਕੇ ਆਪਾਂ ਕੱਲ੍ਹ ਆਸਾ ਦੀ ਵਾਰ ਵਿੱਚ ਵਿਚਾਰਨਾ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਇੱਕ ਨਿਰਮਲ ਭੈ ਦੇ ਵਿੱਚ ਔਰ ਇੱਕ ਸਿਸਟਮ ਦੇ ਵਿੱਚ, ਇੱਕ ਵਿਧਾਨ ਦੇ ਵਿੱਚ ਇਹ ਸਾਰੀ ਕੁਦਰਤ ਕਾਰਜਸ਼ੀਲ ਹੈ। ਅਤੇ ਜੇ ਕਰਤਾ ਕਾਰਜਸ਼ੀਲ ਹੈ, ਜੇ ਕੁਦਰਤ ਕਾਰਜਸ਼ੀਲ ਹੈ, ਜੇ ਤੇਰਾ ਅਕਾਲ ਕਾਰਜਸ਼ੀਲ ਹੈ, ਤਾਂ ਮਨੁੱਖ ਤੂੰ ਵੀ ਕਿਰਤੀ ਹੋਣਾ ਚਾਹੀਦਾ, ਤੂੰ ਵੀ ਕਾਰਜਸ਼ੀਲ ਹੋਣਾ ਚਾਹੀਦਾ। ਇਸੇ ਲਈ ਜਿਹੜੀਆਂ ਉਹ ਪੰਕਤੀਆਂ ਨੇ ਨਾ, ਉਹ ਗਿਆਨ ਵਿਹੂਣਾ ਗਾਵੇ ਗੀਤ, ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਕਤੀ ਹੈ ਵੀ ਗਿਆਨ ਤਾਂ ਹੈ ਨਹੀਂ ਪਰ ਰੱਟੇ ਲਾ ਲਾ ਕੇ ਕੁਝ ਗਾ ਰਿਹਾ। ਭੁੱਖੇ ਮੁੱਲਾਂ ਘਰੇ ਮਸੀਤ, ਪੇਟੋਂ ਭੁੱਖਾ ਮਸੀਤ ਬਣਾਈ ਬੈਠਾ ਵੀ ਕੋਈ ਮੱਥਾ ਟੇਕ ਜਾਏਗਾ, ਕੋਈ ਰੋਟੀ ਪਾਣੀ ਦਾ ਜੁਗਾੜ ਹੋ ਜਾਏਗਾ। ਨਖੱਟੂ ਹੋਏ ਕੇ ਕੰਨ ਪੜਵਾਏ, ਫਕਰ ਕਰੇ ਹੋਰ ਜਾਤ ਸਦਾਏ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਕਹਿੰਦੇ ਜੇ ਕੋਈ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਗੁਰੂ ਵੀ ਹਾਂ, ਮੈਂ ਪੀਰ ਵੀ ਹਾਂ, ਪਰ ਬਾਟਾ ਲੈ ਕੇ ਮੰਗਦਾ ਫਿਰਦਾ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਇਹੋ ਜਿਹੇ ਦੇ ਕਦੀ ਵੀ ਤਾਂ ਕਿ ਮੂਲ ਨਾ ਲੱਗੀਏ ਪਾਏ, ਇਹੋ ਜਿਹੇ ਦੇ ਚਰਨਾਂ 'ਤੇ ਮੱਥਾ ਟੇਕਣ ਦੀ ਲੋੜ ਨਹੀਂ ਹੈ, ਇਹੋ ਜਿਹੇ ਨੂੰ ਗੁਰੂ ਧਾਰਨ ਕਰਨ ਦੀ ਲੋੜ ਨਹੀਂ ਹੈ ਜਿਹੜਾ ਬਾਟਾ ਮੰਗ ਕੇ ਆਪ ਦਰ ਦਰ ਤੋਂ ਮੰਗਦਾ ਫਿਰਦਾ ਹੋਵੇ। ਉਹ ਜਿਹੜਾ ਕਿਰਤ ਦਾ ਸੰਕਲਪ ਹੈ, ਕਿਉਂਕਿ ਯੋਗ ਮਤ ਦਾ ਪ੍ਰਚਾਰ ਬਹੁਤ ਜ਼ਿਆਦਾ ਸੀ, ਅਸੀਂ ਖਾਸ ਕਰਕੇ ਜਦੋਂ ਪੰਜਾਬ ਨੂੰ ਘੁੰਮਦੇ ਨਾ, ਸਾਡੇ ਦੁਆਬੇ ਅਤੇ ਕੁਝ ਹਲਕਿਆਂ ਵਿੱਚ ਅਜੇ ਵੀ ਮੱਠ ਕਾਇਮ ਨੇ, ਅਤੇ ਇੱਕ ਸਾਡਾ ਲੋਕ ਗੀਤ ਪ੍ਰਚਲਿਤ ਆ, ਮੈਂ ਸਹਿਜ ਭਾਵੀ ਦੇ ਨਾਲ ਗੱਲ ਜ਼ਰੂਰ ਜੋੜਾਂਗਾ, ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ। ਹੁਣ ਇਹਦੀ ਵਿਆਖਿਆ ਦੇ ਦੋ ਰੂਪ ਬਣਦੇ ਨੇ, ਇੱਕ ਤਾਂ ਜੋਗੀ ਨੂੰ ਭੁੱਖ ਲੱਗੀ ਹੈ, ਉਹਨੂੰ ਇੰਝ ਲੱਗਾ ਕਿ ਜਿੱਥੇ ਕੋਈ ਚਰਖਾ ਕੱਤ ਰਿਹਾ, ਕਿਸੇ ਕਿਰਤੀ ਦੇ ਘਰ ਵਿੱਚ ਚਰਖਾ ਕੱਤਿਆ ਜਾ ਰਿਹਾ, ਅਤੇ ਇਸ ਕਿਰਤੀ ਦੇ ਕੋਲੋਂ ਜਾ ਕੇ ਰੋਟੀ ਮਿਲ ਸਕਦੀ ਹੈ, ਭਿੱਖਿਆ ਮਿਲ ਸਕਦੀ ਹੈ। ਇੱਕ ਜੋਗੀ ਇਸਤਰੀ ਜਾਤੀ ਨੂੰ ਨਫ਼ਰਤ ਕਰਕੇ ਉਹਦੇ ਯੋਗ ਮਤ ਨੇ ਉਹਦੇ ਮਨ ਵਿੱਚ ਪਾ ਦਿੱਤਾ, ਉਹ ਪਹਾੜਾਂ 'ਤੇ ਸਵਾਰ ਹੋ ਗਿਆ। ਜਦੋਂ ਉਹਨੂੰ ਇੱਕ ਰਿਸ਼ਤੇ ਦੀ ਸਮਝ ਆਈ, ਉਹਦਾ ਭਾਵਨਾ ਵੀ ਹੈ ਕਿ ਇਹ ਕੋਈ ਔਰਤ ਚਰਖਾ ਕੱਤਦੀ ਹੈ, ਉਹ ਗੂੰਜ ਸੁਣਨ ਵਾਸਤੇ ਦੋ ਕਾਰਨਾਂ ਕਰਕੇ ਆ ਸਕਦਾ, ਵਿਆਖਿਆ ਦੀ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ। ਇੱਕ ਤਾਂ ਹੈ ਕਿ ਕਿਰਤੀਆਂ ਦੇ ਘਰ ਵਿੱਚ ਰੂੰ ਕੱਤੀ ਜਾਂਦੀ ਹੈ, ਵਿਹਲਿਆਂ ਦੇ ਘਰ ਵਿੱਚ ਰੂੰ ਨਹੀਂ ਕੱਤੀ ਜਾ ਸਕਦੀ। ਦੂਸਰਾ ਹੈ ਕਿ ਇਹਨੂੰ ਕੱਤਣ ਵਾਲੀ ਇਸਤਰੀ ਜਾਤੀ ਹੈ, ਜਿਹਦੇ ਪ੍ਰਤੀ ਮੇਰੇ ਮਨ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਗਈ, ਪਰ ਉਹਦੇ ਜਿਹੜਾ ਦਰਸ਼ਨ ਕਰਨ ਵਾਸਤੇ ਉਹਨੂੰ ਭੈਣ ਦੇ ਰੂਪ ਵਿੱਚ, ਮਾਤਾ ਦੇ ਰੂਪ ਵਿੱਚ, ਧੀ ਦੇ ਰੂਪ ਵਿੱਚ ਦੇਖਣ ਵਾਸਤੇ ਉਹਦੀ ਮਨ ਦੀ ਲਾਲਸਾ ਪੈਦਾ ਹੋਈ, ਭਾਵਨਾ ਪੈਦਾ ਹੋਈ। ਗੁਰੂ ਸਾਹਿਬਾਂ ਨੇ ਜੇ ਕਰਤੇ ਨੂੰ ਕਿਰਤ ਵਾਲਾ ਦੱਸਿਆ, ਅਤੇ ਖੁਦ ਆਪਾਂ ਸਾਰੇ ਇਤਿਹਾਸ ਤੋਂ ਜਾਣੂ ਹੈ, ਗੁਰੂ ਸਾਹਿਬਾਂ ਦਾ ਜੀਵਨ ਇਤਿਹਾਸ ਖੁਦ ਕਿਰਤ ਵਾਲਾ ਹੈ, ਚਾਹੇ ਉਹ ਮੱਝਾਂ ਚਾਰਦੇ ਨੇ, ਚਾਹੇ ਉਹ ਮੋਦੀਖਾਨੇ ਵਿੱਚ ਮੋਦੀ ਬਣ ਕੇ ਬੈਠਦੇ ਨੇ, ਅਤੇ ਖਾਸ ਕਰਕੇ ਜਦੋਂ ਕਰਤਾਰਪੁਰ ਵਿਖੇ ਖੇਤੀ ਦਾ ਕਾਰਜ ਕਰਦੇ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਸਾਡੀਆਂ ਬੱਚੀਆਂ ਆਪਣਾ ਦਾਜ ਆਪ ਬਣਾਉਂਦੀਆਂ ਸਨ, ਉਹ ਦਰੀਆਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਲਦਾਂ ਦੀ ਜੋਗ ਵਾਹੁੰਦਿਆਂ ਦੀ ਤਸਵੀਰ, ਉਹ ਜਿਹੜੀ ਉਹ ਸੂਤ ਦੇ ਨਾਲ ਉਣ ਲੈਂਦੀਆਂ ਸਨ, ਜਾਂ ਪੱਖੀਆਂ ਦੇ ਉੱਤੇ ਇੱਕ ਬਲਦ 'ਤੇ ਇੱਕ ਓਂਕਾਰ ਲਿਖਿਆ ਹੋਣਾ, ਦੂਸਰੇ ਬਲਦ 'ਤੇ ਸਤਨਾਮ ਲਿਖਿਆ ਹੋਣਾ, ਅਤੇ ਪਿੱਛੇ ਉਹਨੂੰ ਹੱਕਣ ਵਾਲੇ ਗੁਰੂ ਸਾਹਿਬ ਅਤੇ ਉਹਨਾਂ ਦੇ ਮੱਥੇ 'ਤੇ ਨੂਰ ਵਿਖਾ ਦੇਣਾ। ਇਹ ਦਰੀਆਂ ਚਾਦਰਾਂ ਸਿਰਹਾਣਿਆਂ ਦੇ ਉੱਤੇ ਇੱਕ ਸਾਡਾ ਕਲਚਰ ਸੀਗਾ ਪੰਜਾਬ ਦੇ ਲੋਕਾਂ ਦਾ, ਕਿ ਸਾਡੇ ਗੁਰੂ ਨੇ ਕਿਰਤ ਕੀਤੀ ਹੈ, ਉਹ ਇੱਕ ਪ੍ਰੇਰਕ ਸ਼ਕਤੀ ਦੇ ਰੂਪ ਵਿੱਚ ਸਾਡੇ ਮਤਲਬ ਘਰਾਂ ਦੇ ਨਾਲ ਨਾਲ ਚੱਲਦਾ ਸੀ। ਔਰ ਇਹਦੇ ਵਿੱਚ ਹੀ ਜਦੋਂ ਅਸੀਂ ਗੁਰੂ ਅੰਗਦ ਦੇਵ ਜੀ ਦੀ ਸਾਖੀ ਪੜ੍ਹਦੇ ਹਾਂ, ਕੋ ਡੀਵੇ ਦੀ ਪੰਡ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰ 'ਤੇ ਚੁਕਾ ਕੇ ਘਰ ਆ ਗਏ, ਮਾਤਾ ਸੁਲੱਖਣੀ ਜੀ ਕਹਿੰਦੇ ਨੇ ਕਿ ਇਹ ਤਾਂ ਸਾਡੇ ਮਹਿਮਾਨ ਨੇ, ਇਹਨਾਂ ਦੇ ਚਿੱਟੇ ਕੱਪੜੇ ਵਸਤਰ ਜਿਹੜੇ ਮਲੀਨ ਹੋ ਗਏ ਨੇ, ਅਤੇ ਗੁਰੂ ਪਾਤਸ਼ਾਹ ਕਹਿੰਦੇ ਕਿ ਇਹ ਤਾਂ ਛਤਰ ਝੂਲਦਾ। ਉਹਦਾ ਕਾਰਨ ਇਹ ਹੈ, ਕਿਰਤੀ ਦਾ ਜਿਹੜਾ ਸਤਿਕਾਰ ਹੈ ਕਿਸੇ ਵੀ ਖੇਤਰ ਦੇ ਵਿੱਚ, ਜੇ ਲੋਕ ਜਿਹਨੂੰ ਅਸੀਂ ਕਹਿੰਦੇ ਹਾਂ
अर्थ शास्त्र की दृष्टि तो वेले बैठ जाएंगे वो किसी भी कल्चर दे किसी भी स्टेट दे किसी भी देश दे लोग कभी भी विकास नहीं कर सकते। पंजाबी का खाना है वेले बह के खाद्या खूह भी नखुट जाते हैं और खूह के भी रोजाना डोलू डोलू पानी का कट के पी जाइए, अगर वो बारिश का पानी ना आए धरती चो पानी ना आए तो खूह भी कुछ दिन बाद समुद्र भी किसी समय पर जाके खत्म हो सकते हैं जेकर होर कोई शमूलियत ना की जाए। और गुरु साहबा ने जड़ा खास करके एक तो हैगा इतिहासक प्रमाण भी तीसरे पातशाह जी का फेरी ला के अपने पिता जी की सहायता दे नाल समान वेचना, चौथे पातशाह जी का घूंगणियां वेचना। घूंगणियां बारे क्योंकि साढ़े पंजाबी कल्चर दे विच जिहड़े काले छोले भिओ के रात नूं ते सवेरे उबाल के बाजार विच वेचण नूं घूंगणियां वेचणियां कहिंदे ने। मालवे दे कुछ खित्यां विच कणक दियां बकड़ियां नूं भी घूंगणियां कह लैंदे ने। दरअसल जिहड़ा गुरु काल दे विच बिजनेस का एक रूप से छोटा जिहा क्योंकि उदों कोई बहुते मिठाइयां का दुकानां का रवाज नहीं सी, इनू शक्ति दे आधार नूं मुख रख के ते कालिया छोलियां नूं भिओ के बाजार विच वेचण दी प्रक्रिया नूं इहनूं असीं शब्द घूंगणियां जिहड़ा चौथे पातशाह जी का जीवन इतिहास विच है। और कई बार असीं सहज भावी जदों इतिहास नूं वाचदे हां ते भी तीसरे पातशाह जी की सुपत्नी कहिंदे कि बीबी भानी लई वर चाहीदा है ते उह तीसरे पातशाह कहिंदे किस तरह का ते उह कहिंदे जिस तरह दे इह भाई जेठा जी ने इस तरह का होवे ते गुरु साहब कहिंदे कि इन्हां वर्गा इहो ही है। असीं इहदी व्याख्या होर रूप विच करदे हां कि तीसरे पातशाह जी जिन्हां ने सती दी रस्म दे खिलाफ बोलिया, बहुत सारे नगर वसाए, बहुत सारिया रस्मां परपक कीतियां, उन्होंने भाई जेठे की किरत का सत्कार किया है। सब तो वड्डी गल जदों आपां इतिहासक दृष्टि तो वेखीए उस समय विच 13-14 साल की उम्र के लड़कियां की शादी कर दिती जांदी सी साडे उत्थों दे सभ्याचार मुताबक, पर बीबी भानी जी की शादी 20-21 साल की उम्र बनती है इतिहासक दृष्टि तो। तीसरे पातशाह जी ने भाई रामा जी और भाई जेठा जी की किरत का सत्कार करके उन्होंने जिहड़ा ये रिश्ता बद किया कि संसार विच जिहड़ा किरत करन वाला वह कभी भी किसी का मथाज नहीं हो सकता, क्योंकि जिहड़ी किरत है स्वैमान पैदा करती है, ये बंदे च अणख पैदा करती है। जिहड़ा मंगता हुंदा ना जिहनूं बाबा फरीद जी कहिंदे ने बार पराए बैसणा साईं मुझे ना दे, जे तू एवें रख सी तां जियो शरीरों ले ऐ अकाल, बगाने बार ते बैठना किसी की आस विच बैठना मैनूं कदी भी ना दे। अगर मैं किसी की आस विच बैठा तो भावें इस शरीर के विचों जान कढ लै पर मैनूं मंगता बना के किसी दर ते ना बिठाई, और मंगण गया सो मर गया भीख ना मंगी जा। साडे लोक खाण भी ने कि जिहड़ा मंगता बन गया वह मानसिक तौर पर जमीर तौर पर मर जाता है। तो गुरु साहबा ने एक उस मनुख की घाड़त घड़नी है इस धरती के उत्ते कि जिदे जिन्हों भाई गुरदास जी कहिंदे ने कि चार पैर धर्म के चार वर्ण एक वर्ण कराया, मैं इहो जिहा सिख पैदा करांगा जे वह विचार गोष्ठी करे ता उहदा ब्राह्मण वर्गा दिमाग होवे, वह ग्रंथां की गल कर सकता होवे, वेदां की गल कर सकता होवे, सिद्धांतां की गल कर सकता होवे, जेकर उहनूं किसे जूझना भी पवे तो वह कछत्री वर्गा बाहूबल भी होवे, सिपाही का रूप भी होवे, जे वह व्यापार वणज करे तो वैश्यवर्गी मानसिकता होवे, पर जे सेवा करन की लोड़ पवे तो वह शूद्र वाकू शर्मावे भी ना। जिहड़ी वह घाड़त है क्योंकि जे मनुख किरत ही नहीं करता वो सेवा भी नहीं कर सकता, जे किरत नहीं करता जिस तरह सैकटरी साहब ने दसिया किरत करो नाम जपो वंड छको, हुण तिन्ने एक दूजे नाल रलदे मिलदे इन्हां तों बिना एक नूं माइनस करके सिधांत नूं प्रचारिया नहीं जा सकता। जिहड़ा किरत करेगा ते किरत करन वाला ही नाम भी उह जप सकता जिहदे विच हठ है, हठ भी एक 16 कलां चों कला है कि जे मनुख विच हठ ही नहीं, अपने विच हठ है तो आपां दिन दे 2:30 बजे इकट्ठे होए हाँ, एक हुंदा निंदत हठ एक हुंदा उत्तम हठ। निंदत हठ हुंदा कि मनुख ने रट्टा ला लिया कि 2 ते 2 5 हुंदे है, वह अपना हठ नहीं छड़दा, निंदत हठ वह समझण की कोशिश नहीं करता। जिवें साडे पंजाब दे हिंदुस्तान दे अंध विश्वास पैदा हो गए ने, वह कहिंदे ने जी काले इलम च कुछ हुंदा, बिल्ली राह कट च कुछ हुंदा, कुत्ता कन्न फिटक च कुछ हुंदा, टूणे च हुंदा, जंत्र च हुंदा, मंत्र च हुंदा, धागियां च हुंदा, इहनूं असीं निंदत हठ कहिंदे हां।
गुरु साहब उन्हूं वार वार प्रेरते ने पर जिहड़े भारत के लोग ने निंदत हठ विच ज़्यादा खचत हो जाते हैं। एक है उत्तम हठ जिहनूं असीं कहिंदे सीस दिया पर सिरड़ ना दिया, जिहड़ा सिरड़ है जिहड़ा सिदक है जिहड़ी दृढ़ता है जिहड़ा आत्म विश्वास है इहनूं असीं उत्तम हठ कहिंदे हां। ते हठी बंदा ही किरत कर सकदा, ते हठी बंदा ही नाम जप सकदा, ते हठी ही वंड के छक सकदा। जिन्हें कुछ किया ही नहीं वह वंड के बेचारा की छकेगा, वंड के तो वह छकेगा जिन्हें कुछ कमाया, तो जो उन्हें 100 कमाया तो 10 रुपये का दसवंध देगा तो 10 तो वंडे जाएंगे, तो जिहड़ा बाटा लैके आप ही मंगता फिरदा होवे तो वंड के विचों की छकेगा, उहदी तो मानसिकता भुखारियां वाली है, वह तो देण लगा खोण की कोशिश करेगा। ये गुरु साहिबां ने बाणी विच वार वार जिहड़ी प्रेरक शक्ति है ना, घाल खाए किछ हथों दे नानक राह पछाणे से, जिहड़ा घाल करदा जिहड़ा उद्यम करदा जिहड़ा मेहनत करदा ते हथों कुछ दिंदा असल राह जिंदगी दा ओह पछाणदा, उहदा कारण है कि इहदे नाल तन दे पद्धर उत्ते और मन दे पद्धर दे उत्ते मनुख दा विकास हुंदा किरत दे नाल, खास करके जिहड़ी दसम पातशाह दे इतिहास की साखी है ना, वी सोल जे बच्चे ने लिया के पानी का कटोरा पेश किया, गुरु गोबिंद सिंह महाराज जी ने हाथ दे के बड़े नाजुक ने पूछया बेटे काम की करना, कहिंदा कुछ भी नहीं, कहिंदे घरे कभी कोई किरत की, कहिंदे नहीं मैं तो कभी पानी भी नहीं घड़े चो पा के पीता, तो गुरु साहब कहिंदे फिर इहो जे हत्थां दा पानी पीना भी नहीं सानू चाहिए क्योंकि ये तो बीमार मनुख का प्रतीक है, जिहड़ा उठ के घड़े चो पानी पीण जोगा भी नहीं है, इहदे हत्थ दा पानी पीण दे नाल मेरा ख्याल संसार का ये जिहड़ियां साखियां ने ना असल में सूक्ष्म रूप में एक मैसेज दिंदियां ने गुरु साहिबां दे, खासकर जिहड़ी जीवन घटना नाल जुड़ियां। एक तो साडी समाज की वह दृष्टि बन गई है कि अरदास विच असीं मंगदे विवेकदान ते करदे बहुते तर्कदान, तर्क ते विवेक विच बहुत वड्डा फर्क है। तर्क दा अर्थ हुंदा शंका करना हुज्जत करना, जिवें मैं खड़ा खड़ा कह दिया कि छत नीवी है ये 5 फुट होर उच्ची चाहिए सी, ये बेलोड़ा तर्क है। जिहड़ा विवेक है गुरबाणी विच हमेशा जिन्नियां पंक्तियां ने विवेक का दान मंगया गया, विवेक बुद्ध सब जग में निर्मल विचर विचर रस पीजै, विवेक बुद्ध सतगुर ते पाई, बहुत सारिया विवेक दियां पंक्तियां ने। और असीं अरदास विच जदों गुरु पंथ ने अरदास सिरजी इहदे विच तर्क दान नहीं मंगया विवेक दान मंगया। सिख जिहड़ा वह विवेकी आ तर्की नहीं है, अगर तर्की होएगा तो तर्कवाद इन्ना खतरनाक होंदा कि मनुख फिर अपने गुरु ते भी तर्क करता, फिर नितनेम दियां बाणियां ते करता, फिर अमृत वेले ते करता, फिर तख्तां ते करता, फिर सत्कार ते शख्सियतां ते करता, फिर ग्रंथां ते करता, तर्क करता करता इत्थों तक चला जाता कि वह अपनी सिक्खी तो भी मुनकर होना शुरू हो जाता। यह तमाशा अजे पंजाब विच बहुत वड्डी पद्धर ते हिंदुस्तान च हो रहा, देशों विदेशों भी हो रहा। पर जिहड़ा विवेकी है, विवेकी श्रद्धा वाला हुंदा, भावना वाला हुंदा, सिमरन बंदगी वाला हुंदा, उहनूं है सतगुर मेरा मार जवाले, इत्थे तर्क नहीं हो सकदा, गुरु मेरा जवाल भी सकदा ते गुरु मेरा मार भी सकदा। इह जिहड़ा भरोसा है, इह भरोसा किरती नूं भी जरूरी है, इह भरोसा बंदगी वाले नूं भी जरूरी है। इस करके साडा विवेकियां दा पंथ है, जिहड़ा विवेकियां दा पंथ है जद उह विवेक दे नाल विचार गोष्ठी करदे आ ते तद ये जिहड़ियां साखियां ने मैं सहज भावी गल कीती है उहदे विच सानू जिहड़ी किरत दी महत्ता ते किरत दी करके जिउण दा जिहड़ा रस है वह प्रगट हुंदा। हुण जिहड़ी खास करके वार वार इन्हां गुरबाणी विच पंक्तियां विच गुरु साहिबां दा लोकां नूं किरत वल प्रेरित करना, क्योंकि इस धरती दे ढांचे नूं स्थापित रखण वास्ते गुरु साहिबां ने फिर पूरने पा के आप खेती की ता कि मेरे पैरोकार ये ना समझ, नहीं तो गुरु नानक पातशाह वर्गी महान आत्मा नू किसे रोटियां दा आटे दा दाणियां दा घाटा नहीं सी। जे अज बंदे सधारण जे लोग कोई वक्री जी किस्म दा ढौंग रच के किसी नू समोसे खाण दियां गल्लां करके किसी नू हरी चटनी खाण दियां गल्लां करके दिहाड़ी च 1.5 करोड़ रुपया कमा सकते हैं ते उस महान आत्मा अगे तो संसार ने दाणियां दे ढेर ला देने सी। पर जेड़ा धर्म स्थापित होना होवे साडा है जथेबंदक धर्म, एक होंदे व्यक्तिगत लटेरे, व्यक्तिगत लटेरे हर युग विच पैदा हुंदे ने, सौण भादों दे भमकणा वाकण 10-15
ਸਾਲਾਂ ਵਿੱਚ ਦੋ ਚਾਰ ਸਾਲਾਂ 'ਚ ਖਤਮ ਹੋ ਜਾਂਦੇ ਨੇ, ਉਹ ਜਥੇਬੰਦਕ ਨਹੀਂ ਹੁੰਦੇ, ਉਹ ਨਸ਼ਰ ਇੰਨੇ ਹੋ ਜਾਂਦੇ ਜਥੇਬੰਦਕ ਹੋ ਨਹੀਂ ਸਕਦੇ। ਸਾਡੀ ਜਥੇਬੰਦੀ ਦੇ ਵਿੱਚ ਗੁਰੂ ਸਾਹਿਬਾਂ ਨੇ ਕਿਹਾ ਕਿ ਮੇਰੇ ਇਹ ਜਿਹੜੇ ਲੋਕ ਨੇ ਇਸ ਧਰਤੀ ਦੇ ਇਹ ਕਿਰਤੀ ਨੇ, ਕਿਉਂਕਿ ਇਹਨਾਂ ਦਾ ਪਰਮਾਤਮਾ ਵੀ ਕਰਤਾ ਉਹ ਕਿਰਤ ਕਰ ਰਿਹਾ ਅਤੇ ਉਹਦੇ ਜਿਹੜਾ ਨਾਮ ਜਪਣ ਵਾਲੇ ਇਹ ਵੀ ਕਿਰਤ ਕਰਦੇ ਨੇ। ਔਰ ਕਿਰਤ ਕਰਨ ਦੇ ਨਾਲ ਖਾਸ ਕਰਕੇ, ਕਿਉਂਕਿ ਮੈਂ ਫਿਰ ਕਹਿੰਦਾ ਕਿ ਨਿਖੱਟੂ ਬੰਦਾ ਹਮੇਸ਼ਾ, ਫਿਰ ਜਿਹੜਾ ਸਾਡਾ ਪੰਜਾਬੀ ਦਾ ਅਖਾਣ ਨਾ, ਰੋਟੀ ਖਾਓ ਸ਼ੱਕਰ ਨਾਲ, ਦੁਨੀਆ ਲੁੱਟੋ ਮੱਕਰ ਨਾਲ। ਮੱਕਰ ਅਤੇ ਫਰੇਬ ਉਹਨਾਂ ਵਿਹਲੜਾਂ ਵਿੱਚੋਂ ਪੈਦਾ ਹੁੰਦਾ ਜਦੋਂ ਉਹਨਾਂ ਦੀ ਲੋੜ ਬਣਦੀ ਆ ਕਿ ਸਾਨੂੰ ਧਨ ਦੀ ਲੋੜ ਤਾਂ ਹੈ, ਪਰ ਸੌਖੇ ਤਰੀਕੇ ਨਾਲ ਕਿਵੇਂ ਕਮਾਇਆ ਜਾ ਸਕਦਾ, ਕਿਉਂਕਿ ਦੋ ਹੀ ਤਾਂ ਢੰਗ ਨੇ, ਇੱਕ ਯੋਗ ਢੰਗ ਅਤੇ ਇੱਕ ਅਯੋਗ ਢੰਗ। ਅਤੇ ਅਯੋਗ ਢੰਗ ਲਈ ਗੁਰੂ ਸਾਹਿਬ ਪ੍ਰੇਰਿਤ ਕਰਦੇ ਨੇ, ਇਨ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ, ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਅਯੋਗ ਢੰਗ ਨਾਲ ਕਮਾਏ ਹੋਏ ਢੇਰ ਇਹ ਮੋਇਆਂ ਦੇ ਨਾਲ ਨਹੀਂ ਜਾਣੇ। ਪਰ ਜਿੱਥੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਨੇ ਔਰਤ ਅਮਾਨ ਦੌਲਤ ਗੁਜ਼ਰਾਨ, ਕਿ ਸੰਸਾਰ ਦੇ ਵਿੱਚ ਦੌਲਤ ਇੱਕ ਗੁਜ਼ਰਾਨ ਹੈ ਕਿ ਜੀਵਨ ਬਸ਼ਰ ਕਿਵੇਂ ਕਰਨਾ, ਅਤੇ ਬਸ਼ਰ ਕਰਨ ਵਾਸਤੇ ਉਹ ਕਿਰਤੀ ਹੋਏਗਾ। ਪਰ ਕਿਰਤੀ ਦੇ ਦੋ ਹੋਰ ਪਲੱਸ ਪੁਆਇੰਟ ਇਹ ਨੇ, ਉਹਦੀ ਮਾਨਸਿਕ ਸ਼ਕਤੀ ਔਰ ਉਹਦੀ ਸਰੀਰਕ ਸ਼ਕਤੀ। ਕਿਉਂਕਿ ਜਿਹੜਾ ਜੀਵ ਵਿਗਿਆਨ ਇਹ ਕਹਿੰਦਾ ਕਿ ਜਿਸ ਵੀ ਅੰਗ ਨੂੰ ਨਾ ਵਰਤੋ ਉਹ ਖਤਮ ਹੋ ਜਾਂਦਾ। ਜਿਵੇਂ ਸਾਨੂੰ ਬਚਪਨ ਤੋਂ ਪੜ੍ਹਾਉਂਦੇ ਸਨ ਕਿ ਮਨੁੱਖ ਦੇ ਆਦਿਵਾਸੀ ਦੇ ਪੂਛਲ ਹੁੰਦੀ ਸੀ, ਪੂਛ ਹੁੰਦੀ ਸੀ, ਪਰ ਮਨੁੱਖ ਕਿਉਂਕਿ ਸਾਰੇ ਜਾਨਵਰਾਂ ਵਿੱਚੋਂ ਦੋਹਾਂ ਲੱਤਾਂ 'ਤੇ ਖੜ੍ਹਾ ਹੋ ਸਕਦਾ, ਇਹ ਅਗਲੇ ਦੋਹਾਂ ਹੱਥਾਂ ਨਾਲ ਕੰਮ ਕਰ ਸਕਦਾ, ਔਰ ਆਹ ਜਿਹੜਾ ਅੰਗੂਠਾ ਇਹ ਕੇਵਲ ਮਨੁੱਖ ਦੀ ਸ਼ਕਤੀ ਦੇ ਨਾਲ ਵੱਖਰੇ ਰੂਪ ਵਿੱਚ ਜੁੜਿਆ ਹੋਇਆ, ਕਿਸੇ ਜੀਵ ਜੰਤੂ ਦੇ ਪਾਸ ਨਹੀਂ ਹੈ। ਸਾਡੇ ਜਿੰਨੇ ਸ਼ਸਤਰ ਨੇ, ਜਿੰਨੇ ਕਾਰਜ ਨੇ, ਸਭ ਵਿੱਚ ਜਿਹੜੀ ਸ਼ਕਤੀ ਇਸ ਅੰਗੂਠੇ ਦੀ ਆ, ਇਹ ਮਨੁੱਖ ਦੇ ਵਿੱਚ ਇੱਕ ਵਾਧਾ ਹੈ। ਦੂਸਰਾ ਵਾਧਾ ਹੈ ਕਿ ਉਹ ਦੋਹਾਂ ਲੱਤਾਂ 'ਤੇ ਖੜ੍ਹਾ ਹੋ ਕੇ ਕੰਮ ਕਰ ਸਕਦਾ। ਜਦੋਂ ਉਹਨੇ ਉਸ ਪੂਛਲ ਦੀ, ਪੂਛ ਦੀ ਵਰਤੋਂ ਹੀ ਨਹੀਂ ਕੀਤੀ ਅਤੇ ਹੌਲੀ ਹੌਲੀ ਉਹਦੇ ਸਰੀਰ ਦਾ ਇਹ ਨਕਾਰਾ ਅੰਗ ਹੋ ਗਿਆ, ਨਕਾਰਾ ਅੰਗ ਹੋ ਗਿਆ, ਅਤੇ ਇਹ ਉਸ ਤੋਂ ਬਿਨਾਂ ਸੰਸਾਰ ਵਿੱਚ ਇਹ ਜਿਹੜਾ ਆਮ ਤੌਰ 'ਤੇ ਸਾਡੀਆਂ ਜਿਹੜੀਆਂ ਆਦਿਵਾਸੀਆਂ ਦੀਆਂ ਫਿਲਮਾਂ ਵਿਖਾਉਂਦੇ ਨੇ ਜਾਂ ਜਿੰਨਾ ਕੁ ਸਾਨੂੰ ਆਮ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਵੀ ਇਹ ਜਿਹੜਾ ਨਕਾਰਾ ਅੰਗ ਹੈ ਇਹਦੀ ਫਿਰ ਲੋੜ ਹੀ ਨਹੀਂ ਪਾਸੀ, ਇਹ ਸਰੀਰ 'ਚੋਂ ਖਤਮ ਹੋ ਗਿਆ। ਜਦੋਂ ਸਾਰਾ ਹੀ ਬੋਡੀ ਨਕਾਰੀ ਹੋ ਜਾਏ, ਕੋਈ ਨਾ ਕੋਈ ਹੱਥ ਹਿਲਾਵੇ ਅਤੇ ਨਾ ਕੋਈ ਪੈਰ ਹਿਲਾਵੇ, ਅਤੇ ਕੁਦਰਤੀ ਆ ਉਹ ਨਕਾਰਾ ਸਰੀਰ ਬਿਮਾਰੀਆਂ ਦਾ ਘਰ ਹੋਏਗਾ। ਉਹ ਜਿਹੜਾ ਬਿਮਾਰੀਆਂ ਦਾ ਘਰ ਹੋਏਗਾ ਉਹ ਸਹਿਜ ਭਾਵੀ, ਕਿਉਂਕਿ ਕਿਰਤ ਤੋਂ ਟੁੱਟਿਆ ਮਨੁੱਖ। ਮੈਨੂੰ ਕਿਉਂਕਿ ਅਸੀਂ ਖੇਤੀਬਾੜੀ ਵਾਲੇ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਅਤੇ ਅਸੀਂ ਕਾਲਜ ਵੀ ਪੜ੍ਹਦੇ ਸਾਂ ਅਤੇ ਮੱਝਾਂ ਵੀ ਚਾਰਨੀਆਂ ਪੈਂਦੀਆਂ ਸਨ ਅਤੇ ਨੱਕੇ ਵੀ ਮੋੜਨੇ ਪੈਂਦੇ ਸਨ, ਸਾਡੇ ਸੁਭਾਅ ਦਾ ਇੱਕ ਅੰਗ ਬਣ ਗਿਆ। ਸਾਡੇ ਬੱਚੇ ਸੋਲ ਨੇ, ਉਹ ਕਹਿੰਦੇ ਬਾਹਰ ਪਾਪਾ ਗਰਮੀ ਬੜੀ ਹੈ। ਮੈਂ ਕਹਿੰਦਾ ਉਹਨਾਂ ਕਿਹੜੀ ਗਰਮੀ, ਕਿਉਂਕਿ ਮੈਂ ਉਸ ਥਾਂ ਤੋਂ ਅਗਾਂਹ ਤੁਰਿਆ ਜਿੱਥੇ ਨਾ ਧੁੱਪ ਨੂੰ ਕਿਹਾ ਜਾਂਦਾ ਧੁੱਪਾ ਅਤੇ ਨਾ ਸਰਦੀ ਨੂੰ ਕਿਹਾ ਜਾਂਦਾ ਸਰਦੀ। ਅਸੀਂ ਤਾਂ ਇੰਜੋਏ ਕਰਦੇ ਸਾਂ, ਮੀਂਹ ਪੈਂਦੇ 'ਚ ਵੀ, ਧੁੱਪ ਚੜ੍ਹੀ ਵਿੱਚ ਵੀ, ਅਤੇ ਠੰਡ ਲੱਗਦੀ ਵਿੱਚ ਵੀ। ਬੱਚੇ ਅਗਲੀ ਪੀੜ੍ਹੀ ਦੇ ਨੇ, ਉਹਨਾਂ ਨੇ ਉਹ ਕਸ਼ਟ ਝੱਲਿਆ ਨਹੀਂ ਆ, ਉਹਨਾਂ ਦੀ ਮਾਨਸਿਕਤਾ ਵਿੱਚ ਇਹ ਗੱਲਾਂ ਕੁਝ ਮਾਈਨਸ ਜ਼ਰੂਰ ਹੋਣਗੀਆਂ। ਇਹ ਜਿਹੜੀ ਕਿਰਤੀ ਦਾ ਸੁਭਾਅ, ਕਿਰਤੀ ਦਾ ਸੁਭਾਅ ਪਰਿਪੱਕ ਹੁੰਦਾ ਔਰ ਉਹਦਾ ਆਤਮ ਵਿਸ਼ਵਾਸ ਹੁੰਦਾ, ਔਰ ਉਹ ਸਰੀਰ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਕਤ ਰਹਿੰਦਾ। ਜਿਵੇਂ ਅਸੀਂ ਕਹਿੰਦੇ ਆਮ ਤੌਰ 'ਤੇ ਸਮਾਜ ਵਿੱਚ ਲਾਭ ਹਾਨੀ ਦੇ ਸਵਾਲ ਸਾਨੂੰ ਦੂਜੀ ਜਮਾਤ ਤੋਂ ਸ਼ੁਰੂ ਕਰਾ ਦਿੰਦੇ ਆ, ਅਤੇ ਅਸੀਂ ਲਾਭ ਹਾਨੀ ਦੀ ਦ੍ਰਿਸ਼ਟੀ ਤੋਂ ਹੀ ਸਮਾਜ ਕੰਮ ਕਰਦਾ ਵੀ ਇਹ 'ਚੋਂ ਫਾਇਦਾ ਕੀ ਹੈ ਅਤੇ ਨੁਕਸਾਨ ਕੀ ਹੈ। ਅਤੇ ਜੇ ਪਹਿਲਾਂ ਨੁਕਸਾਨ ਗਿਣਾਏ ਜਾਣ ਤਾਂ ਫਿਰ ਮਨੁੱਖ ਲਾਭ ਵਾਲੇ ਪਾਸੇ ਤੁਰ ਪੈਂਦਾ। ਲਾਭ ਇਹ ਆ ਵੀ ਮਨੁੱਖ ਜਿਹੜਾ ਕਿਰਤ ਕਰਦਾ, ਇੱਕ ਤਾਂ ਉਹਦਾ ਆਤਮ ਵਿਸ਼ਵਾਸ ਸਭ ਤੋਂ ਤਕੜਾ ਹੁੰਦਾ ਕਿ ਮੈਂ ਕੰਮ ਕੀਤਾ। ਔਰ ਇਸੇ ਲਈ ਅੱਜ ਵਰਲਡ ਦੇ ਵਿੱਚ ਜਿਹੜਾ ਸਾਡਾ, ਮੈਂ ਮਤਲਬ ਇਹ ਨਹੀਂ ਸਿੱਖ ਹੋਣ ਦੇ ਨਾਤੇ ਨਹੀਂ ਇਹਦੀ ਵਧਾਈ ਦੇ ਰਿਹਾ ਕਿ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਸਿੱਖ ਗਿਆ ਉਹਨੇ ਸ਼ਾਨਦਾਰ ਗੁਰਦੁਆਰਾ ਬਣਾਇਆ, ਨਾਲ ਪੰਜਾਬੀ ਸਕੂਲ ਵੀ ਬਣਾਏ। ਉਹਦੀ ਦਾਨ ਦੀ ਜਿਹੜੀ ਬਿਰਤੀ ਆ ਜਾਂ ਜਿੰਨਾ ਲੰਗਰ ਪ੍ਰਸ਼ਾਦ ਵਰਤਾਉਣ ਦੀ ਬਿਰਤੀ ਆ, ਪਲੱਸ ਪੁਆਇੰਟ ਤੋਂ ਮੈਂ ਗੱਲ ਕਰ ਰਿਹਾ, ਉਹ ਘੱਟ ਗਿਣਤੀ ਵਿੱਚ ਹੁੰਦਾ ਹੋਇਆ ਵੀ ਦੁਨੀਆ ਭਰ ਦੇ ਵਿੱਚ ਹਰ ਭੁੱਖੇ ਨੂੰ ਰੋਟੀ ਖਾਣ ਦੀ ਸਮਰੱਥਾ ਰੱਖਦਾ, ਕਿਉਂਕਿ ਉਹ ਕਿਰਤੀ ਆ। ਅਗਰ ਉਹ ਵਿਹਲੜ ਜਮਾਤ ਹੁੰਦੀ, ਤੁਸੀਂ ਦੁਨੀਆ ਘੁੰਮ ਲਓ, ਕਿਤੇ ਯੋਗੀਆਂ ਦਾ ਲੰਗਰ ਨਹੀਂ ਲੱਗਾ ਵੇਖੋਗੇ, ਕਿਤੇ ਆਮ ਭਿਕਸ਼ੂ ਦਾ ਲੰਗਰ ਨਹੀਂ ਲੱਗਾ ਵੇਖੋਗੇ ਵੀ ਇਹਨਾਂ ਨੇ ਵੀ ਕਿਸੇ ਦਿਨ ਛਬੀਲ ਲਾ ਲਈ ਜਾਂ ਠੰਡ 'ਚ ਗਰਮੀ 'ਚ ਕਿਤੇ ਮਿੱਠਾ ਪਾਣੀ ਪਿਆਤਾ। ਸਾਡੀ ਸਮਾਜ ਦੀ, ਜੇ ਮੈਂ ਇਹਨੂੰ ਆਸ਼ਾਵਾਦੀ ਦ੍ਰਿਸ਼ਟੀ ਤੋਂ ਲਵਾਂ, ਕਿ ਜਗ੍ਹਾ ਜਗ੍ਹਾ 'ਤੇ ਅਗਰ ਲੰਗਰ ਲੱਗਣਾ, ਸ਼ਾਨਦਾਰ ਬਿਲਡਿੰਗਾਂ ਬਣੇ, ਠੀਕ ਆ ਕਿ ਇਹਦੇ ਨਾਲ ਨਾਲ ਸਾਨੂੰ ਗਿਆਨ ਦੇ ਖੇਤਰ ਵਿੱਚ ਵੀ, ਲਾਇਬ੍ਰੇਰੀ ਕਲਚਰ ਨੂੰ ਪੜ੍ਹਨ ਨੂੰ, ਵਿਚਾਰ ਗੋਸ਼ਟੀ ਨੂੰ ਵੀ ਪੈਸਾ ਲਾਉਣਾ ਚਾਹੀਦਾ,
संस्थावां नूं जिवें इत्थे तुसीं बड़ा वधिया जिहड़ा एक कार्ज रंभिया होया इह दुनिया भर विच लोड़ है और कर भी रहे ने बहुत सगा जगह जिथे नहीं भी करदे करना चाहीदा पर इह किरती दी मानसिकता करके जिहड़ी गैरत अणख जुरत दलेरी ते उह खास करके शरीर दा रिश्ट पुष्ट होना रिश्ट पुष्ट बंदा जिहदे अंग पैर चलदे ने कुदरती है बहुत सारियां बीमारियां तों मुक्त होएगा और जिहड़ा मुक्त होएगा जिहड़ी उहदी खाद खुराक है उहनूं हजम होएगी उहनूं अपने आप विच सैल्फ कॉन्फिडेंस होएगा कि मैं कुछ कीता जे मैं कुछ कीता मैं धर्म अर्थ भी कुछ दे सकदा मानसिक तौर पर बहुत सारे अज रोग आम तौर पर कहिंदे कि बेरोजगार टेंशन दे मरीज ने किरती बंदा टेंशन दा मरीज कदी नहीं हुंदा क्योंकि एक तो उहदा रजीमा मैं बचपन च किसी की इंटरव्यू पढ़ रहा सां एक प्रश्न और एक उत्तर वह कहिंदा लम्मी उम्र दा राज वह अगों कहिंदा मरन दी वेल ही नहीं छोटी उम्र च समझना आए भी लम्मी उम्र दा राज प्रश्न उत्तर अगों दे रहा मरन दी वेल ही नहीं बाद में जाके पता लगा इहदे पिछे तो एक फलसफा काम करदा मनुख इन्ना कार्यशील आ अपने आप नूं काम दे विच इन्ना मसरूफ रख्या होया कि वह कहिंदा कि मेरे को टाइम ही है नहीं कि मैं मौत दा टाइम आ जाए ये जिहड़ा फलसफा ये किरती दी प्रेरक शक्ति है कि वह अपनियां जिहड़ियां कर्म इंद्रियां नूं ज्ञान इंद्रियां नूं अपनी किरत वल प्रेरक करके रखता नहीं तो जिहड़ा वेला मन शैतानी का घर जिन्हें बहुते रोग ने तकरीबन वेले बंदियां नूं कार्यशील लोगों नालों ज़्यादा रोग होंदे ने क्योंकि जदों सवेर तो लैके शाम तक कोई आ रही नहीं है तो बीमारी तो वेली तो लभदी फिरदी मंजे ते बंदा पिया किहड़ा तो जिहड़ा पहला ही ढट्ठा पिया उहनूं ढाउणा सौखा जिहड़ा धुप्पे मेरे वर्गा तुरिया फिरदा जां तुहाडे वर्गा कार्यशील बैठा है बीमारी कहिंदी इह तां कम्म करदा आपां वेला पकड़दे हां ते वेला जिहड़ा बैड ते ला के एसी पिया उहने कहिणा वी आह वेला चलो इहनूं ढा लैंदे हां और इह सहज भावी आ कि किरती बंदा बीमारी नाल लड़न की शक्ति रखता क्योंकि सैल उहदे विच ही पैदा होंदे ने जिन्नी वह सख्त मुशक्कत करता जिहनूं गुरु साहिब कहिंदे ना जिन्नी नाम ते आया गया मुशक्कत काल इहदा भावें फलसफा अध्यात्मवादी है पर जिन्हां ने मुशक्कत नाम सिमरन विच भी कीती है ना उहनां दी भी घाल सफली हो गई है ते जिन्हां ने सोचा भी उठ पांगे कर लांगे उम्र बड़ी पई आ बुढ़ापे च पाठ कर लांगे ते बुढ़ापे विच करदिआं करदिआं कंतला समा आ गया पर उस वल प्रेरित ही नहीं होए वह जिहड़ी एनर्जी है जिहड़ी शक्ति है ये मानसिक तौर पर मनुख नूं सकून दिंदी है लोकी कहिंदे ने कि नींद नहीं आउंदी पर कभी किरती बंदे ने कहा कि मैं नींद नहीं आती नींद हमेशा उस नहीं आती जिहड़ा थकिया ही नहीं शरीर की लोड़ तो 5-7-8 घंटे सौना है 24 घंटे जो मनुख सौ किन्ना क लेगा जिहड़ा 8-10 घंटे किरत करके आता कुदरती है उहनूं नींद भी सुख दी आउंदी है उहनूं सकून भी हुंदा कि मैं कुछ कीता ये जिहड़ा संसारक तल दे उत्ते मैं फिर उस लाभ हानि की गल करदा गुरु साहिब जद वार वार किरती नूं प्रेरित करते ने करते नूं प्रेरित करते ने बलहारी कुदर तपस्या तेरा अंत ना जाई लख्या मैं किवें लख लवां तेरे अंत नूं क्योंकि तू तो सदा ही कार्यशील है जिहड़ा तू सदा कार्यशील है तेरे नाल मैं भी कार्यशील होवांगा ते मैनूं भी अपनी किरत ते माण पैदा होएगा ये जिहड़ा गुरु साहिबां ने सिख सभ्याचार सिरजिया मैं कहिंदा हुंदा कि भारतीय सभ्याचार विच सिख सभ्याचार नूं जन्म दिता जिहदे विच सरबत दा भला मंगणा जिहदे विच जात पात दे वितकरियां तों उपर उठणा जिहदे विच सभना जीआं कायक दाता सोमै विसरना चाहीदी भावना होवे जिहदे विच एक नूर ते सब जग उपजिआ कौण भले को मंदे दी दृढ़ता होवे विश्वास होवे आत्म बल होवे उस मनुख दीआं जिहड़ा जीवन शैली है जिहड़ी जीवन जाच है उहदे विच इह संघर्षमई बोल गुरु साहिबां ने पैदा कीते और गुरु ग्रंथ साहिब महाराज जी दी बाणी दे विच किरती दा सत्कार है नखट्टू दा सत्कार नहीं है इसलिए जिन्नियां भी बहुत सारियां जिहड़ियां पंक्तियां गुरबाणी दे विच आईयां उह जिवें ना किरत कर्म के विछड़े कर कृपा मिलो राम चार कुंट दह दिस भ्रमे थकाए प्रभ की साम धेन दुधे ते बारी किते ना वे काम धेन कहिंदे गऊ नूं कहिंदे गऊ जे दुध नहीं दिंदी तो किसी भी काम दी नहीं है संसारी तल दे उत्ते जट बलद वाहुंदा अगर वह हल जोड़न दे नहीं कम रहिंदा उह छड्ड दिंदा मझां गावां आवारा गलियां विच खास करके गावां ते बहुत ज़्यादा पंजाब दे विच आवारा छड्डियां हुंदियां
कि जदों ये हुण दुध ही नहीं इन्हां दे पल्ले, इन्हां तों करना की है। टांगा वाहुण वाला जदों घोड़ा बिरध हो जांदा समझदा ये हुण किसे कम दा नहीं, इहने दाणे मंगणे आ, खाण नूं खुराक मंगणी आ, रुपया इहने एक नहीं कमाउणा। जे जीव जंतुआं प्रति मनुख की मानसिकता यह है भी जी किरत तो भी होने किसी काम के नहीं, तो कुदरती है जिहड़ा मनुख है यह भी किरत तो भी होना किसी काम का नहीं रह सकता। इसलिए जिहड़ी प्रेरक शक्ति है सहज रूप के गुरु साहबान ने गुरु ग्रंथ साहब महाराज जी की बाणी के बहुत सारिया अनमोल पंक्तियां जिहड़ियां मनुख के प्रथाए उन्हूं समझाउण वास्ते कि मेरा यह किरतियां का पंथ है, ये किरत करनगे, नाम जपणगे, वंड छकणगे, ये जथेबंधक धर्म दे विच अपने सभ्याचार नूं जन्म देणगे, अपनियां रवायतां परंपरावां नूं अमीरी तरीके नाल निभाउणगे और मन करके ते तन करके तंदुरुस्त रहणगे। ते जिहड़ा समाज दे विच किसी भी खिते दे लोक तन करके ते मन करके तकड़े ने, कुदरती आ उहनां दी तरक्की नूं कोई रोक नहीं सकदा। और ये जिहड़ी तरक्कीवान लोक विश्व भर के हमेशा किरती रहे हैं, जिस तरह सैकटरी साहब उन्हें दसिया कि भावें वो साढ़े एक खब्बे पक्षी मानसिकता ज नास्तक मानसिकता के धर्म का विरोध भी होया, पर धर्म का जोड़ा विश्लेषण है हर धर्म की दृष्टि अनुसार करना पेगा। कुछ मतों खत्म हो चुके हैं, जोड़े वेलड़ा के मत से वो पंजाब के लोगों ने भी इनकार दते और गुरु साहबान ने कहा अकली साहब सेवी अकली पाई है मान, अकली पढ़ के बुझी अकली कीचे दान है मेरे वारसो। जे साहब नूं भी सिमरना होवे सचेत होना जरूरी है, माण भी सचेतता नाल पाया जांदा है, किसी गल नूं बुझना वह भी सचेतता जरूरी है, पर जे दान करना होवे ते नखट्टुआं ते वेलणा नूं नहीं करना, क्योंकि हर शहर दे विच मंगतियां दी भी यूनियन बनी हुई है और उस यूनियन दे विच मैनूं पता कि अमृतसर दे विच मंगतियां दी यूनियन वह अपने इलाके विच दूसरे मंगते नूं भी नहीं जाण दिंदे, उन्होंने प्रधान भी चुनिया, सैकटरी भी चुनिया, बाबे शहीदां दे बार बार एक दफ्तर भी बनाई बैठे ने मंगतियां दा दफ्तर। और जदों इन्ने नखट्टू किसे धरती ते होणगे ते सहज भावी है कि जिहड़े फिर किरती लोग उह समझदे ने कि इहदे नालों ते मंगणा ठीक है, खास करके जिहनूं असीं वार वार कहिंदे ना वारस दी हीर पड़ाओ, ते वारस दी हीर विच इहो हुंदा वी है जिहड़ा जोगी बणिया फिरदा इह भादों दे महीने हुमस दा भजाया होणा बंदा ते चज दा लगदा नहीं, जोगी बणन वाला ते जापदा नहीं, क्योंकि भादों दे महीने विच तपश बड़ी हुंदी सी पंजाब दे विच, तो जिहड़े मेरे अर्गे तो नहीं सी मक्कियां गुड्डियां जांदियां तो भज के जोगियां नाल रल जांदा हुंदा सी, तो उन्हें जोगियों रल के कहना भी चल माड़े मोटे कन्न पाड़ लैणगे, सुआह मल देणगे, मंगदे तुरे फिरांगे, दिन सौखे लंघ जाणगे। इहदे विच्चों ही साडा पखंडवाद सारा जन्मिया, ये जिहड़ा वेला मन शैतानी दे घर दे विच्चों ही पखंडवाद ने जन्म लिया। जिन्ना ये पंजाब हिंदुस्तान दे विच अंध विश्वास फैलाउण वाला कल्चर है, ये जिन्हां ने किरत नहीं कीती उन्होंने ये एक नवें ढोंग रच के समाज को लुट्टण दा ढंग लभ लिया। जिहड़ा किरती है वो गलत पासे नहीं सोचता और किसी का शोषण भी नहीं कर सकता, उन्हें पता होंदा कि पैसा किन्नी मुशक्कत नाल कमाया जांदा और किन्नी मुशक्कत नाल सामना पैंदा। और ये जिहड़ा गुरु साहिबां की महान बख्शिश है, मैं एक गल करके समाप्ति करांगा, मेरे टाइम की समाप्ति होने वाली है, व्याख्या किसी भी शब्द की रूप व्याख्या करने वाले ते निर्भर होंदी है। मैं एक गल करांगा बड़ी इंट्रस्टिंग है, भाई वीर सिंह होरां नूं असीं पढ़दे हां बहुत श्रद्धा भावना पैदा करने वाली रूह सी। भाई वीर सिंह अमृतसर विच उन्हां दा घर है, सैर करदे सन शाम नूं, डॉक्टर नेकी साहब तुहाडे विच अक्सर आउंदे ने, उन्हां ने कथा लिखी, कहिंदे मैं ते डॉक्टर सेवा सिंह जी भाई वीर सिंह जी नूं मिलण वास्ते चले गए। भाई वीर सिंह पार्क च सैर करदे सी, कहिंदे मेरे नाल ही आ जाओ, असी भी पिछे पिछे तुरे गए। एक तितली आके फुल ते बैठी, उड गई, भाई वीर सिंह जी सेवा सिंह नूं कहिंदे भी दस ये की वापरिया, कहिंदा जी एक तितली सी फुल ते बैठी उड गई। नेकी जी नूं कहिंदे तुसी ते शहर हो, एक कथा की है ये की वापरिया, कहिंदे जी एक सुंदरता सी, सुंदरता दे पास आई, सुंदरता माण के चली गई। भाई वीर सिंह जी मुस्करा के कहिंदे कि तुसी दोवें दुबदा विच हो, आंदे सानू पता सी ये पहुंची हुई रूह है, कहिंदे असी हाथ जोड़ के दस्सिया कि तुसी ही दसो, कहिंदे बाणी दी पंक्ति पढ़दे हो ना, आपे रसिया आप रस आपे रावण हार, इहदी व्याख्या आंदे हुण तुसी की करोगे, तितली भी आप है, फुल भी आप है, रावण हार भी आप है, रावण के उडारी ला गया। मैं कहिंदा उहनां दा जिहड़ा शब्द है खास करके गुरु साहिबां दी बाणी दा,
कई बार सहज भावी व्याख्या होंगी है। तो जे साडा करता किरत जुड़िया होया तो असी किरती लोग वो है जेड़े करते दे राह ते चलण वाले जदों सच्ची सुची किरत करते हैं तो इहनूं बहुत ही व्याख्या की लोड़ इसलिए नहीं पैंदी क्योंकि साडा गुरु कह रहा है, गुरु फरमा रहा वार वार कि तेरा करता, तेरा अकाल, तेरा प्रभु, तेरा अल्लाह राम वाहिगुरु वो सदा 24 घंटे कार्यशील है। उन्हें तैनूं बंध के रख्या होया, तू उहनूं मन्नण वाला उस राह ते चलदा होया, तू किरती मानसिकता वाला होएगा, तेरी भी हर मदाने फतेह होएगी। गुरु पातशाह रहमत कारण हुई भुला चुकां दी खीमा। दूसरे सैशन में फिर आप दूसरे दिया विषय की गल करांगे। इन्ना कुछ कहिंदा खीमा दा जाचका, वाहिगुरु जी का खालसा, वाहिगुरु जी की फतेह। धन्यवाद डॉक्टर साहब। अज ये जिहड़ा टॉपिक सी असी पहली बारी रखिया सी, 15वां सैशन चल रहा, और तुसी बड़ी खूबसूरती बड़ी खूबसूरत नाल कित दी गल सिख इतिहास भी नाल लै लिया और नाल गुरु ग्रंथ साहिब नूं सामने रख के तुसी गुरबाणी अनुसार भी कित दी गल कीती और बड़ी खूबसूरती नाल कीती। और इफेक्ट है कि सानू किरत बारे कहना समझना या ये गल करनी भी नहीं चाहिदी जब साडे गुरु ही किरती सी। पर साडा ये कोर्स जिहड़ा है अज दे नौजवानां और अज दे साडी पनीरी लई असी शुरू कीता सी, जिहड़ी पनीरी साडे गुरु ग्रंथ साहिब तों साडे इतिहास तों बड़ी दूर है। वह कार्ल मार्क्स पढ़ते हैं, अज दी मॉडर्न साइंस पढ़ते हैं। असी उन्हां नूं ये समझाना चाहते हैं कि गुरु ग्रंथ साहिब दे विच मॉडर्न साइंस भी है। और तुहानूं मैं जिहड़ा दिखाया अपना सिलेबस उहदे विच तुसी टॉपिक भी देखे ने। और ये ठीक गल है कि सिख फिलोसफी ये मनती है कि मनुख जीवन मनुखी जीवन खुशहाली लियाउन लई उसकी आर्थिक हालत जिहड़ी इकनोमिक्स है वो जिहड़ी है उहदे च खुशहाली लियानी बड़ी जरूरी है। और सचमुच ये कोई संजोग नहीं है कि गुरु नानक दे जिहड़े उह तीन सुनहरी असूलों की गल कीती है कि किरत करना, नाम जपना, वंड छकना, इन्हां विच्चों जिहड़े दो सिद्धांत ने वो इकनोमिक्स नाल जुड़े हुए हैं। और ये तुसी सारी गल कीती है और हक हलाल दी किरत दे इस सिद्धांत नाल अज दुनिया दी जिहड़ी इकनोमिक्स है वह जुड़ी हुई है। और जिहड़ा एक गैप है सोसाइटी विच, इस गैप नूं अगर ठीक कीता जा सकता है तो सिर्फ किरत किरत जिथों दे लोग किरती होणगे उत्थे ठीक हो जाएगा। गुरु ग्रंथ साहिब दे जिहड़े सिद्धांत ने, आदर्श ने, उहदे विच मैं बड़ी बार गल कहना कि जिहड़ा किरत करना और नाम जपना है वो इंग्लिश की एक टर्म है ना, लेबर अंडर करैक्ट नॉलेज। अज एक बड़ी टर्म चलती पी है, मैं बड़ी थावां ते देखदा वो बना के उन्होंने मोटो बना के लगाए हुए ने, लेबर अंडर करैक्ट नॉलेज। तो वह जी किरत करना और नाम जपना है ये लेबर अंडर करैक्ट नॉलेज है। तो एक बड़ी मैं परसों नरसों पढ़ रहा सी हैनरी फोर्ड अमेरिका का, हैनरी फोर्ड जिसने फोर्ड कारा बनाईया ने, उन्हें ख जगह पर बड़ी कमाल की गल लिखी। वह कहता है कि कम लई कम करी जान की आदत अजिही बुनियाद है जिस तो किसी आदर्श राज की स्थापना की जा सकती है, एक आइडियल स्टेट बनाई जा सकती है। जे सिर्फ कम करन और कम करन की आदत लोगों के पा दी जाए फिर वह कहता है कि इस भुख के मारे संसार विच कम करना, सिर तोड़ मजदूरी करनी, अते बाहरी समाज जिहड़ी गल तुसीं कीती है ना कि जदों मरन लई भी वेल नहीं है तो कह रहा है कि बाहरी समाज नूं भुल जाना एक रूहानी प्रवृत्ति है। ये हैनरी फोर्ड कह रहा है जिहड़ा कि अमेरिका दा, मैं समझदा कि उस दे विच उह नाम जिहड़ा उसदा वह एक ना भुलण वाला है। अंत विच इतनी गल करांगा कि एक पंजाबी दी कहावत है, तन कार वल मन यार वल, कार मैंने काम करना भी जिहड़ा फिजिकल है काम करना जिहड़ा ए ए तुहाडा काम वल होना चाहिए फिजिकल अटेंशन, और जिहड़े मन है आत्मा है ये जिहड़ी है यार वल, यार मीन गॉड वल। और बड़ी खूबसूरत लाइन है गुरबाणी दी, हाथ पाँव कर काम सब चीत निरंजन नाम, विद यूर हैंड्स एंड यूर फीट यू डू यूर वर्क बट यूर माइंड रिमेन विद यूर लॉर्ड। तो ये अज का साडा टॉपिक किरत वाला। तो ये अज साडा जिहड़ा मैसेज है यही है कि सानू
असल जिहड़ियां गल्लां कीतियां ने मंगण वालियां जदों असीं अपने आस पास अपने माहौल विच गुरद्वारियां विच या देखदे हां अगे कदी कुछ विखदा नहीं सी हुण आम देख जांदा। मैं बड़ी बार असीं सिर उच्चा करके भी कहिंदे यार असीं कदी सिख मंगता नहीं वेख्या, हुण गुरद्वारियां विच थोड़ा तरीका होर है पर गुरद्वारियां विच भी मिल जांदे ने। तुसीं बंगला साहिब सीसगंज जाओ कदी बड़े इस तरह के मिल जांदे ने। असीं किरत करन दी गल और जिहड़ी अपनी कौम नूं इकनोमिक्स जिहड़ी उच्ची करन दी गल करन वाली है, क्योंकि अज अगर दुनिया दे विच असीं कंपीट करना है तो सानूं दुनिया दे हिसाब नाल चलना पएगा। पूरे ग्लोबल विलेज दी गल जदों असीं वार वार करदे हाँ तो उह साडी भी इच्छा है कि साडे बच्चे सिख बच्चे जिहड़े ने अज दी इस कंपीटिशन युग दे विच उहनां दे नाल चलन, पर नाल दे नाल अपना विरसा अपना सभ्याचार अपना इष्ट जिहड़ा उस नूं भी समझ